ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਪ੍ਰੀਤ ਦਬੜੀਖਾਨਾ ਨੈਚੁਰਲ ਫਾਰਮਿੰਗ KVM ਤੋਂ ਅੱਜ ਇੱਕ ਵਾਰ ਫਿਰ ਤੁਹਾਡੇ ਰੂਬਰੂ ਹਾਂ। ਅੱਜ ਅਸੀਂ ਮੌਜੂਦ ਹਾਂ ਪਿੰਡ ਲੁਹਾਰਾਂ ਵਿਖੇ, ਜ਼ਿਲ੍ਹਾ ਮੋਗਾ, ਸਾਡੇ ਵੱਡੇ ਭਰਾ ਰਾਜਵਿੰਦਰ ਧਾਲੀਵਾਲ ਦੇ ਨਾਲ। ਇਹਨਾਂ ਨੇ ਵੇਸਟ ਡੀਕੰਪੋਜ਼ਰ ਦੀ ਵਰਤੋਂ ਕਰਕੇ ਝੋਨੇ ਦੀ 2.5 ਏਕੜ ਦੀ ਜਿਹੜੀ ਪਰਾਲੀ ਹੈ ਉਹਨੂੰ ਡੀਕੰਪੋਜ਼ ਕਰਕੇ ਖਾਦ ਦੇ ਵਿੱਚ ਬਦਲਣ ਦਾ ਇੱਕ ਉਪਰਾਲਾ ਕੀਤਾ ਅਤੇ ਇਹ ਉਪਰਾਲਾ ਕਿੰਨਾ ਕਾਮਯਾਬ ਰਿਹਾ, ਕਿਸ ਤਰ੍ਹਾਂ ਦੇ ਇਹਦੇ ਰਿਜ਼ਲਟ ਰਹੇ ਆ, ਉਹ ਆਪਾਂ ਗੱਲ ਕਰਦੇ ਹਾਂ ਰਾਜਵਿੰਦਰ ਧਾਲੀਵਾਲ ਨਾਲ। ਧਾਲੀਵਾਲ ਸਾਹਿਬ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕੀ ਕਹਿਣਾ ਚਾਹੋਗੇ ਜਿਹੜਾ ਡੀਕੰਪੋਜ਼ਰ ਵਾਲੀ ਕੰਪੋਸਟਿੰਗ ਦੇ ਬਾਰੇ? ਆ ਤੁਹਾਡੇ ਸਾਹਮਣੇ ਆ ਜੀ, ਇਹ 2.5 ਕਿੱਲਿਆਂ ਦੀ ਪਰਾਲੀ ਸੀਗੀ, ਅਸੀਂ ਇਕੱਠੀ ਕੀਤੀ ਔਰ ਉਹਦੇ ਵਿੱਚ ਅਸੀਂ ਕਹਿੰਦੇ 40 ਡਰੰਮ ਵੇਸਟ ਡੀਕੰਪੋਜ਼ਰ ਤਿਆਰ ਕਰਕੇ ਪਾਇਆ ਅਤੇ ਆਹ ਚੀਜ਼ ਤੁਹਾਡੇ 3 ਤੋਂ 3.5 ਮਹੀਨਿਆਂ ਦੇ ਵਿੱਚ ਸਾਹਮਣੇ ਆ ਜੀ, ਆਹ ਚੀਜ਼ ਹੈਗੀ ਆ ਜੀ। ਸੋ ਦੋਸਤੋ, ਇਹ ਤੁਸੀਂ ਦੇਖ ਰਹੇ ਹੋ 3 ਤੋਂ 3.5 ਮਹੀਨੇ ਦੇ ਵਿੱਚ ਝੋਨੇ ਦੀ ਜਿਹੜੀ 2.5 ਏਕੜ ਦੀ ਪਰਾਲੀ ਨੂੰ ਆਪਾਂ ਕਨਵਰਟ ਕਰਨ ਵਾਸਤੇ ਖਾਦ ਦੇ ਵਿੱਚ ਵੇਸਟ ਡੀਕੰਪੋਜ਼ਰ ਦਾ ਇਸਤੇਮਾਲ ਕੀਤਾ, 40 ਡਰੰਮ ਇਹਨਾਂ ਨੇ ਇਸਤੇਮਾਲ ਕੀਤੇ ਆ ਅਤੇ ਇਹਨੂੰ ਵੀ ਵਾਢਾਂ ਦਿੱਤੀਆਂ ਕਿ ਨਹੀਂ? ਨਹੀਂ, ਇਹਨੂੰ ਇੱਕ ਵਾਢ ਦਿੱਤੀ ਆ ਜੀ, ਬਹੁਤ ਜ਼ਿਆਦਾ ਗਿੱਲੀ ਸੀ ਪਹਿਲਾਂ ਜੀ, ਉਹਦਾ ਕਰਕੇ ਦੇਣੀ ਪਈ ਵੀ ਜ਼ਿਆਦਾ ਨਵੀਂ ਇਹਦੇ 'ਚ। ਅੱਜ 3.5 ਮਹੀਨਿਆਂ ਬਾਅਦ ਇਹਦੀ ਇਹ ਪੁਜੀਸ਼ਨ ਹੈ, ਇਹ ਆਲਮੋਸਟ ਖਾਦ ਦੇ ਵਿੱਚ ਬਦਲ ਚੁੱਕੀ ਆ ਲਗਭਗ, ਅਤੇ ਆਉਣ ਵਾਲੇ 1 ਮਹੀਨੇ ਵਿੱਚ 1.5 ਮਹੀਨੇ ਦੇ ਵਿੱਚ ਇਹ ਪੂਰੀ ਤਰ੍ਹਾਂ ਖਾਦ ਦੇ ਵਿੱਚ ਕਨਵਰਟ ਹੋ ਜਾਵੇਗੀ ਅਤੇ ਫਿਰ ਰਾਜਵਿੰਦਰ ਜੀ ਅੱਗੇ ਕੀ ਪ੍ਰੋਗਰਾਮ ਆ? ਅੱਗੇ ਇਹਨੂੰ ਖੇਤ 'ਚ ਪਾਵਾਂਗੇ ਜੀ, ਜਿਹੜੇ ਬੂਟੇ ਲਾਉਣੇ ਆ ਫਲਾਂ ਦੇ ਹੋਰ ਉਹਨਾਂ ਨੂੰ, ਅਤੇ ਬਾਕੀ ਜੋ ਅਸੀਂ ਹੁਣ ਸ਼ੁਰੂ ਕਰਨ ਲੱਗੇ ਹਾਂ ਜੀ ਆਪਣੀ ਕੁਦਰਤੀ ਖੇਤੀ, ਉਹਦੇ ਵਿੱਚ ਯੂਜ਼ ਕਰਾਂਗੇ ਜੀ। ਅਤੇ ਹੁਣ ਝੋਨੇ ਦੀ ਪਰਾਲੀ ਜੀ ਇੱਕ ਵੱਡੀ ਸਮੱਸਿਆ ਸੀ ਪੰਜਾਬ ਦੇ ਕਿਸਾਨਾਂ ਲਈ, ਤੁਹਾਨੂੰ ਕੀ ਲੱਗਦਾ ਵੀ ਵੇਸਟ ਡੀਕੰਪੋਜ਼ਰ ਉਹਦਾ ਇੱਕ ਹੱਲ ਪੇਸ਼ ਕਰਦਾ? ਹਾਂਜੀ ਹਾਂਜੀ, ਆਹ ਸਾਹਮਣੇ ਆ ਜੀ ਤੁਹਾਡੇ, ਅਸੀਂ ਤਾਂ ਦੇਖੋ ਵੀ 4 ਮਹੀਨੇ ਪਹਿਲਾਂ ਹੀ ਸਾਨੂੰ ਇਹ ਮਿਲੀ, ਇਹ ਚੀਜ਼ ਮਿਲੀ ਸੀ ਅਤੇ ਉਹਦਾ ਅਸੀਂ ਯੂਜ਼ ਕੀਤਾ ਰੂੜੀ 'ਤੇ ਵੀ ਅਤੇ ਇਹਦੇ 'ਤੇ ਵੀ। ਠੀਕ ਹੈ, ਲੋਕ ਕਹੇ ਸੀ ਵੀ ਇਹ ਗੱਲ ਦਾ ਨਹੀਂ, ਸਾਨੂੰ ਤਾਂ ਇਹ ਨਹੀਂ ਲੱਗਦਾ ਵੀ ਇਹ ਨਹੀਂ ਗੱਲ ਦਾ। ਕਿਹੜੀ ਪੋਜੀਸ਼ਨ ਦੇ ਵਿੱਚ ਅੱਜ ਪਰਾਲੀ ਹੈਗੀ ਆ ਅਤੇ ਆਪਾਂ ਵੇਸਟ ਡੀਕੰਪੋਜ਼ਰ ਦਾ ਇਸਤੇਮਾਲ ਕਰਕੇ ਝੋਨੇ ਦੀ ਪਰਾਲੀ ਤੋਂ ਲੈ ਕੇ ਰੂੜੀ ਨੂੰ ਬਹੁਤ ਹੀ ਸੋਹਣੀ ਖਾਦ ਦੇ ਵਿੱਚ ਕਨਵਰਟ ਕਰ ਸਕਦੇ ਹਾਂ ਕੁਝ ਹੀ ਮਹੀਨਿਆਂ ਦੇ ਵਕਫੇ ਦੇ ਵਿੱਚ। ਰੂੜੀ ਨੂੰ 1.5 ਤੋਂ 2 ਮਹੀਨੇ ਲੱਗਦੇ ਆ ਕਨਵਰਟ ਹੋਣ ਦੇ ਵਿੱਚ, ਅਤੇ ਜਿਹੜੀ ਝੋਨੇ ਦੀ ਪਰਾਲੀ ਆ ਇਹਨੂੰ 4.5 ਮਹੀਨੇ ਦਾ ਸਮਾਂ ਲੱਗ ਜਾਂਦਾ ਅਤੇ ਹੁਣ ਇਹਨੂੰ 3.5 ਮਹੀਨੇ ਹੋਏ ਆ, ਅਤੇ ਤੁਸੀਂ ਹੁਣ ਇਹਨੂੰ 3.5 ਮਹੀਨੇ ਹੋਏ ਆ ਇਸ ਪੋਜੀਸ਼ਨ ਦੇ ਵਿੱਚ, ਇਹ 80% ਤੱਕ ਜਿਹੜੀ ਹੈਗੀ ਆ ਖਾਦ ਦੇ ਵਿੱਚ ਬਦਲ ਚੁੱਕੀ ਆ ਅਤੇ ਆਉਂਦੇ 1.5 ਮਹੀਨੇ ਦੇ ਵਿੱਚ ਇਹਨੇ ਪੂਰਾ ਖਾਦ ਦੇ ਵਿੱਚ ਬਦਲ ਜਾਣਾ। ਇਹਦੇ ਵਿੱਚ ਤੁਸੀਂ 40 ਡਰੰਮ ਪਾਏ ਜੀ ਡੀਕੰਪੋਜ਼ਰ ਜੀ, ਅਤੇ 3.5 ਮਹੀਨਿਆਂ ਦੇ ਵਿੱਚ ਇਸ ਪੋਜੀਸ਼ਨ ਚ ਆਈ ਹੈ ਜੀ। ਆਮ ਕਿਸਾਨਾਂ ਨੂੰ ਕੀ ਕਹਿਣਾ ਚਾਹੋਗੇ? ਇਹੀ ਕਹਿਣਾ ਚਾਹਵਾਂਗੇ, ਜਿਹੜਾ ਕਿਸਾਨ ਕਹਿੰਦੇ ਵੀ ਪਰਾਲੀ ਨਹੀਂ ਸਤੋਂ ਕੰਟਰੋਲ 'ਚ ਆਉਂਦੀ, ਉਹ ਕੰਟਰੋਲ 'ਚ ਆਊ, ਖਾਦ ਬਣਨਾ ਖੇਤ ਨੂੰ ਕਹਿੰਦੇ ਵੀ ਹੋਰ ਜ਼ਿਆਦਾ ਵਧੀਆ ਸਾਡੀਆਂ ਵਾਹਣ ਹੋਣਗੇ ਤਾਂ ਫਸਲਾਂ ਵਧੀਆ ਹੋਣਗੀਆਂ। ਇੱਕ ਉਹਨਾਂ ਦਾ ਮਸਲਾ ਹੱਲ ਹੋਊਗਾ ਵੀ ਉਹਨਾਂ ਨੂੰ ਅੱਗ ਲਾਉਣੀ ਪੈਂਦੀ ਜਿਹੜੀ, ਔਰ ਖਰਚਾ ਜ਼ਿਆਦਾ ਆਉਂਦਾ, ਉਹਦੇ 'ਚ ਵਾਹੁਣ 'ਤੇ ਖਰਚਾ ਜ਼ਿਆਦਾ ਆਉਂਦਾ, ਇਹਦੇ 'ਤੇ ਖਰਚਾ ਹੀ ਕੁਛ ਨਹੀਂ ਆਉਂਦਾ। ਸੋ 1 ਡਰੰਮ 'ਤੇ ਸਿਰਫ 2 ਕਿਲੋ ਗੁੜ ਲੱਗਣਾ। ਸੋ ਇਹ ਹੈ ਕਿਸਾਨ ਦਾ ਤਜਰਬਾ, ਉਹਨੇ ਕਰਕੇ ਦੇਖਿਆ ਅਤੇ ਤੁਹਾਡੇ ਸਾਹਮਣੇ ਆ, ਤੁਹਾਡੇ ਸਾਰਿਆਂ ਨਾਲ ਸਾਂਝਾ ਕੀਤਾ। ਤੁਹਾਨੂੰ ਇਹ ਵੀਡੀਓ ਠੀਕ ਲੱਗੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ, ਇਹਨੂੰ ਲਾਈਕ ਕਰਿਓ, ਸਬਸਕ੍ਰਾਈਬ ਕਰਿਓ, ਅਤੇ ਇਸ ਵੀਡੀਓ ਦੇ ਰਾਹੀਂ ਜਿਹੜਾ ਸੁਨੇਹਾ ਤੁਹਾਨੂੰ ਦਿੱਤਾ ਗਿਆ ਇਸ ਸੁਨੇਹੇ ਨੂੰ ਅਮਲੀ ਰੂਪ 'ਚ ਆਪਣੇ ਜੀਵਨ ਦੇ ਵਿੱਚ ਲਾਗੂ ਕਰਿਓ, ਆਪਦੀ ਖੇਤੀ ਦੇ ਵਿੱਚ ਲਾਗੂ ਕਰਿਓ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।